ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲ 1100 ਬੀਬੀਆਂ ਨੂੰ ਦੇਣ ਦਾ ਐਲਾਨ ਕੀਤਾ, ਪਰੰਤੂ ਹੁਣ ਇਸ ਗੱਲ ਦੇ ਉੱਤੇ ਲਗਾਤਾਰ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਤੇ ਉੱਥੇ ਹੀ ਦੱਸ ਦਈਏ ਕਿ ਸੁਖਪਾਲ ਖਹਿਰਾ ਦੀ ਨੂੰਹ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਜਿਹੜਾ ਕਿ ਭਗਵੰਤ ਮਾਨ ਦੀ ਜਦੋਂ ਸਰਕਾਰ ਬਣੀ ਸੀ, ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ, ਤਾਂ ਉਦੋਂ ਹੀ ਕਿਹਾ ਸੀ ਕਿ ਅਸੀਂ ਬੀਬੀਆਂ ਨੂੰ ਜਿਹੜਾ ਕਿ ਹਰ ਮਹੀਨੇ 1000 ਰੁਪਇਆ ਦੇਵਾਂਗੇ, ਪਰੰਤੂ ਉਹ ਬਿਆਨਬਾਜ਼ੀਆਂ ਸੀ, ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਵੋਟਾਂ ਮੰਗਣ ਦੇ ਲਈ ਹੀ ਕੀਤਾ ਜਾ ਰਿਹਾ ਸੀ, ਤੇ ਅੱਜ 1100 ਨੂੰ ਲੈ ਕੇ ਵੀ ਸਿਰਫ ਔਰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਤੇ ਤਿੱਖੇ ਨਿਸ਼ਾਨੇ ਫਿਰ ਤੋਂ ਜਿਹੜਾ ਕਿ ਭਗਵੰਤ ਮਾਨ ਦੇ ਉੱਤੇ ਸਾਧੇ ਗਏ ਨੇ। ਉੱਥੇ ਹੀ ਸੁਖਪਾਲ ਖਹਿਰਾ ਦੇ ਲਈ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਕਿ ਉਹਨਾਂ ਦੀ ਨੂੰਹ ਦੇ ਵੱਲੋਂ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤੇ ਗਏ ਨੇ। ਪੂਰੇ ਮੁੱਦੇ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ। ਸਾਰੇ ਪੁਲਿਸ ਮੁਲਾਜ਼ਮ ਉੱਥੇ ਬੈਠੀ ਰਹਿੰਦੀ ਆ, ਸਾਰੇ ਜੋ ਨੌਜਵਾਨਾਂ ਦੀ ਗੱਲ ਕਰਦੇ, ਇਹਨਾਂ ਨੇ ਪਿੱਛੇ ਜੇ ਅੰਕੜੇ ਕੱਢੇ ਕਿ ਅਸੀਂ 46,000 ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ। ਹੁਣ ਮੈਂ ਪਿੱਛੇ ਜੇ ਦੋ ਕਮਾਵਾਂ ਨੂੰ ਮੈਂ ਕਿਹਾ ਜੋ ਕਹਿੰਦੀ ਸੀ, ਸਾਡੇ ਧਰਨੇ ਤੇ ਤਾਂ ਮੁੰਡੇ ਬੈਠੇ ਆ, ਉਹ ਨੌਜਵਾਨ ਬੈਠੇ ਆ, ਜੋ ਲੈਟਰ ਤਾਂ ਇਹਨਾਂ ਨੇ ਕੱਢਤੀਆਂ ਕਿ ਅਸੀਂ ਜੁਆਇਨਿੰਗ ਕਰਾ ਦਿਓ, ਕਿਉਂਕਿ ਇਹਨਾਂ ਨੇ ਅੰਕੜੇ ਦਿਖਾਉਣੇ ਹੁੰਦੇ ਆ। ਪਰ ਜੇ ਮੁੰਡਿਆਂ ਨੂੰ ਪੁੱਛੋ, ਉਹ ਕਹਿੰਦੇ ਜੀ ਅਸੀਂ ਜੁਆਇਨਿੰਗ ਕਿੱਥੇ ਜਾ ਕੇ ਕਰੀਏ, ਦਿਖਾਉਣ ਲਈ ਤੁਸੀਂ ਕੱਢਤਾ ਲੈਟਰ, ਤੁਸੀਂ ਕਢਾਤੀਆਂ, ਬਟ ਮੁੰਡਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਜੁਆਇਨਿੰਗ ਕਿੱਥੇ ਜਾ ਕੇ ਕਰੀਏ। ਦੂਜੀ ਗੱਲ, ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀਗੇ ਕਿ ਜਿਸ ਦਿਨ ਤੋਂ ਮੈਂ ਸੀਐਮ ਬਣੂਗਾ ਨਾ, ਮੈਂ ਸੰਗਰੂਰ ਦੀ ਧਰਤੀ ਨਹੀਂ ਛੱਡ ਕੇ ਜਾਊਂਗਾ। ਤੁਸੀਂ ਸਾਰੇ ਇੱਥੇ ਬੈਠੇ ਹੋ, ਤੁਸੀਂ ਕਦੇ ਸੀਐਮ ਦੀ ਗੱਡੀ ਦੇਖੀ ਇੱਥੇ ਅੰਦਰ, ਕਦੇ ਬਰਨਾਲਾ ਸ਼ਹਿਰ ਚ ਦੇਖਿਓ, ਕਦੇ ਸੰਗਰੂਰ ਸ਼ਹਿਰ ਚ ਵੀ ਸੀਐਮ ਦੀ ਗੱਡੀ ਦੇਖਿਓ, ਤਾਂ ਜੀ ਮੈਨੂੰ ਦੱਸੋ। ਉਹ ਤਾਂ ਚੰਡੀਗੜ੍ਹ ਜਾ ਕੇ ਰਹਿੰਦੇ, ਹਰ ਰੋਜ਼ ਸਵੇਰ ਤੋਂ ਸ਼ਾਮ ਉਹਨਾਂ ਦਾ ਹੈਲੀਕਾਪਟਰ ਚੱਲਦਾ। ਕੱਲ ਪਰਸੋਂ ਅਖਬਾਰਾਂ ਚ ਹੁਣ ਸਰਵੇ ਵੀ ਆਉਣ ਲੱਗ ਗਿਆ ਕਿ ਪੰਜਾਬ ਦਾ ਹੈਲੀਕਾਪਟਰ ਦਿੱਲੀ ਇਸਤੇਮਾਲ ਕਰ ਰਿਹਾ। ਆਪਾਂ ਸਾਰਿਆਂ ਦੇ ਪੈਸੇ ਨਾਲ ਪੈਟਰੋਲ ਆਪਾਂ ਭਰਦੇ ਪੰਜਾਬ ਦੇ, ਹੈਲੀਕਾਪਟਰ ਦਾ ਬਹੁਤ ਮਹਿੰਗਾ ਪੈਟਰੋਲ ਹੁੰਦਾ, ਪਰ ਇਹ ਜਾ ਕੌਣ ਰਿਹਾ? ਕੇਜਰੀਵਾਲ ਜੀ ਦੀ ਇਸਤੇਮਾਲ ਕਰ ਰਿਹਾ, ਦਿੱਲੀ ਪੰਜਾਬ ਦੀ ਫੈਸਿਲਿਟੀ ਨੂੰ ਇਸਤੇਮਾਲ ਕਰ ਰਿਹਾ। ਤੁਹਾਡੀ ਜੀ ਇੱਥੇ ਬੀਬੀਆਂ ਤਾਂ ਅੱਜ ਘੱਟ ਨੇ, ਬਟ ਮੈਂ ਤੁਹਾਡੇ ਵੀ ਘਰੇ ਬੀਬੀਆਂ ਮਾਵਾਂ, ਮੈਂ ਪੁੱਛਣਾ ਚਾਹੂੰਗੀ ਜੀ, ਕਿਸੇ ਨੂੰ 1,000 ਰੁਪਇਆ ਪਿਆ? ਵਾਅਦੇ ਕੀਤੇ ਸੀ ਪਿਆ ਬਾਬਾ ਜੀ, ਕਿਸੇ ਨੂੰ ਪਿਆ ਨੀ ਕਰਦਿਆਂ ਨੂੰ? ਤਾਂ ਜੋ ਇਹਨਾਂ ਨੇ ਠੋਕ ਕੇ ਕਿਹਾ ਸੀ ਜਿਸ ਦਿਨ ਤੋਂ ਮੈਂ ਸੀਐਮ ਬਣੂੰਗਾ, ਹਰ ਇੱਕ ਔਰਤ ਦੇ ਅਕਾਊਂਟ ਵਿੱਚ ਅਗਲੇ ਮਹੀਨੇ ਤੋਂ 1,000 ਸ਼ੁਰੂ ਹੋ ਜਾਊਗਾ। ਮੈਂ ਤਾਂ ਜੀ ਸੰਗਰੂਰ ਚ ਇੱਕ ਇਹੀ ਬੀਬੀ ਨੂੰ ਹੀ ਮਿਲੀ ਜਿਹਦੇ ਅਕਾਊਂਟ ਵਿੱਚ 1,000 ਆਇਆ, ਤੇ ਹੁਣ ਤੱਕ ਤਾਂ 28,000 ਬਣਦਾ ਜੀ ਸਾਰੀਆਂ ਦਾ। ਤੇ ਹੁਣ ਉਹਨਾਂ ਦੀ ਧਰਮ ਪਤਨੀ ਜੀ ਵੀ ਪ੍ਰਚਾਰ ਤੇ ਨਿਕਲ ਗਏ, ਉਹ ਗੱਲਾਂ ਕਹਿਣ ਲੱਗੇ ਜੀ ਜੇ ਸੀਐਮ ਜੀ ਨੇ ਵਾਅਦੇ ਕੀਤੇ ਸੀ ਕੁਛ ਹੋਰ ਮਹੀਨੇ ਦੇ ਦੋ, ਅਸੀਂ ਤੁਹਾਨੂੰ ਸਾਰਿਆਂ ਨੂੰ ਹਜੇ ਵੀ ਪੈਸੇ ਦੇਵਾਂਗੇ, ਹਜੇ ਵੀ ਲੋਕਾਂ ਨੂੰ ਝੂਠੀਆਂ ਲਾਰਾਂ ਲਾ ਰਹੇ ਹਾਂ। ਜੇ 2.5 ਸਾਲ ਚ ਕੋਈ ਪੈਸੇ ਨਹੀਂ ਦੇ ਸਕੇ ਅੱਗੇ ਦੇਣਗੇ ਜੀ? ਲੋਨ ਦੇ ਤਾਂ ਪੁਲਿਸ ਮੁਲਾਜ਼ਮਾਂ ਨੂੰ ਹੁਣ ਤਨਖਾਹਾਂ ਦੇ ਰਹੇ, ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਇਆ ਕਿ ਪੁਲਿਸ ਮੁਲਾਜ਼ਮ ਨੂੰ ਟਾਈਮ ਸਿਰ ਉਹਨਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਗਈਆਂ। 3-4 ਮਹੀਨਿਆਂ ਤੋਂ ਤਾਂ ਮਿਲੀਆਂ ਹੀ ਨਹੀਂ, ਵੋਟਾਂ ਕਰਕੇ ਇਹਨਾਂ ਨੇ 50% ਤਨਖਾਹ ਦੇਣੀ ਸ਼ੁਰੂ ਕੀਤੀ, ਉਹ ਵੀ ਲੋਨ ਲੈ ਕੇ। ਤੇ ਜਿਹੜੀ ਸਰਕਾਰ ਸਰਕਾਰੀ ਵਰਕਰਾਂ ਮੁਲਾਜ਼ਮਾਂ ਨੂੰ ਲੋਨ ਲੈ ਕੇ ਪੈਸੇ ਦੇ ਰਹੀ ਹੈ, ਬੀਬੀਆਂ ਦੇ ਤਾਂ 1,000 ਸੀ ਕਦੇ ਵੀ ਨਹੀਂ ਆਉਣ ਵਾਲਾ ਅਕਾਊਂਟ 'ਚ, ਮੈਥੋਂ ਤੁਸੀਂ ਲਿਖਵਾ ਲਓ। ਆਪਾਂ ਜੇ ਗੱਲ ਕਰੀਏ ਇਹਨਾਂ ਦੇ ਉਮੀਦਵਾਰ ਮੀਤ ਹੇਅਰ ਜੀ, ਤੁਸੀਂ ਸਾਰੇ ਜਾਣਦੇ ਜਦ ਮੀਤ ਹੇਅਰ ਨਵੇਂ ਨਵੇਂ ਮਨਿਸਟਰ ਬਣੇ ਸੀ ਨਾ ਜੀ, ਇਹਨਾਂ ਨੂੰ 5 ਮਹਿਕਮੇ ਦਿੱਤੇ ਸੀਗੇ, 3-4 ਮਹੀਨੇ ਜੀ 4 ਮਹਿਕਮੇ ਉਹਨਾਂ ਤੋਂ ਵਾਪਸ ਲੈ ਲਏ। ਸਭ ਤੋਂ ਉਹਦੇ ਜ਼ਰੂਰੀ ਮਹਿਕਮੇ ਸੀਗੇ ਮਾਈਨਿੰਗ ਐਜੂਕੇਸ਼ਨ, ਉਹ ਵਾਪਸ ਲੈ ਲਏ, ਕੱਲਾ ਸਪੋਰਟਸ ਦਾ ਮਹਿਕਮਾ ਦਿੱਤਾ ਹੋਇਆ ਮੀਤ ਹੇਅਰ ਜੀ ਨੂੰ। ਤੁਸੀਂ ਆਪ ਸੋਚ ਕੇ ਦੇਖੋ, ਜਿਹੜੇ ਸੀਐਮ ਨੂੰ ਆਪਣੇ ਮਨਿਸਟਰ ਤੇ ਭਰੋਸਾ ਨਹੀਂ, ਸੰਗਰੂਰ ਵਾਲਾ ਵੋਟਰ ਉਹ ਤੇ ਭਰੋਸਾ ਕਿਉਂ ਕਰੇ? ਜਦ ਨੌਜਵਾਨਾਂ ਦੀ ਸੰਗਰੂਰ ਡਿਸਟ੍ਰਿਕਟ ਚ ਮੌਤ ਹੁੰਦੀ ਹੈ, 21 ਨੌਜਵਾਨ ਮਰੇ ਨੇ ਜ਼ਹਿਰੀਲੀ ਸ਼ਰਾਬ ਪੀ ਕੇ, ਮੀਤਿਆ ਜੀ ਦੀ ਇੱਕ ਸਟੇਟਮੈਂਟ ਆਈ, ਭਗਵੰਤ ਮਾਨ ਜੀ ਦੀ ਇੱਕ ਵੀ ਸਟੇਟਮੈਂਟ ਆਈ, ਤਾਂ ਜੋ ਤੁਹਾਡੇ ਨਾਲ ਹੀ ਨਹੀਂ ਖੜਦੇ,
ਤੇ ਕੀ ਕੀ ਖੜਾ ਤੇ ਇਹ ਜਿਹਾ ਸੰਗਰੂ ਰੋਕ ਵੀ ਕਿਉਂ ਪਾਇਆ ਹੈ ਜੀ ਉਮੀਦਵਾਰ ਇਹ ਜੀ ਪਾਰਟੀ ਨੂੰ ਜਦ ਜੇ ਆਪਣੇ ਕਿਸਾਨਾਂ ਨੇ ਦੁਬਾਰਾ ਇਸ ਸਾਲ ਮੋਰਚਾ ਫਤਿਹ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਵੱਲ ਤੋਂ ਸਾਰੇ ਜਾਣਦੇ 2022 ਵਿੱਚ ਬੀਜੇਪੀ ਦੀ ਸਰਕਾਰ ਨੇ ਕਿਹਾ ਅਸੀਂ ਤੁਹਾਨੂੰ ਸਹੀ MSP ਦੇਵਾਂਗੇ ਤੁਸੀਂ ਵਾਪਸ ਮੁੜ ਜਾਓ ਤੇ ਕਿਸਾਨ ਕਹਿੰਦੇ ਠੀਕ ਹੈ ਜੀ ਸਾਡੀ ਤਾਂ ਇਹੀ ਮੰਗਾਂ ਉਹ ਵਾਪਸ ਚਲੇ ਗਏ ਬਟ ਹੋਇਆ ਤਾਂ ਹੈ ਨੀ ਤੁਸੀਂ ਸਾਰੇ ਜਾਣਦੇ ਹੋ ਫਿਰ ਦੁਬਾਰਾ ਇਸ ਸਾਲ ਇਹਨਾਂ ਨੇ ਮੋਰਚਾ ਚੱਕਿਆ ਤੇ ਦਿੱਲੀ ਨੇ ਵੜਨ ਵੀ ਨਹੀਂ ਦਿੱਤਾ ਆਪਾਂ ਜੀ ਪੰਜਾਬ ਭਾਰਤ ਵਿੱਚ ਪੈਂਦੇ ਹਾਂ ਠੀਕ ਹੈ ਆਪਣੀ ਰਾਜਧਾਨੀ ਦਿੱਲੀ ਹੈ ਆਪਣਾ ਸਾਰਿਆਂ ਦਾ ਹੱਕ ਹੈ ਕਿ ਆਪਾਂ ਦਿੱਲੀ ਜਾ ਕੇ ਆਪਣੀ ਗੱਲ ਰੱਖ ਸਕੀਏ ਬੀਜੇਪੀ ਸਰਕਾਰ ਆਪਾਂ ਨੂੰ ਉਹ ਵੀ ਮੌਕਾ ਨਹੀਂ ਦਿੰਦੀ ਤੇ ਸਭ ਤੋਂ ਮਾੜੀ ਗੱਲ ਬੀਜੇਪੀ ਨੇ ਕਿਸਾਨਾਂ ਨੂੰ ਟੈਰਰਿਸਟ ਕਰਾਰ ਦਿੱਤਾ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਸਾਰੇ ਬਾਲੀਵੁੱਡ ਐਕਟਰ ਟਵੀਟ ਕਰ ਰਹੇ ਸੀ ਕਿਸਾਨ ਤੋਂ ਟੈਰਰਿਜ਼ਮ ਤੇ ਉੱਤਰ ਆਇਆ ਹੈ ਟੈਰਰਿਜ਼ਮ ਤੇ ਜਿਹੜੀ ਸਰਕਾਰ ਤੁਹਾਨੂੰ ਟੈਰਰਿਜ਼ਮ ਕਹੇ ਉਹਦਾ ਤਾਂ ਮੈਂ ਕੀ ਹੀ ਬੋਲਾਂ ਬੀਜੇਪੀ ਸਰਕਾਰ ਤਾਂ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਪਰ ਇੱਥੇ ਮਾੜੀ ਗੱਲ ਹੈ ਕਿ ਤੁਹਾਡੇ ਆਪਣੇ ਜੋ CM ਨੇ ਭਗਵੰਤ ਮਾਨ ਉਹਨਾਂ ਨੇ ਇੱਕ ਸਟੇਟਮੈਂਟ ਨਹੀਂ ਕੱਢੀ ਕਿਸਾਨਾਂ ਦੇ ਹੱਕ ਉਹਨਾਂ ਨੂੰ ਇੰਨਾ ਡਰ ਹੈ ਜੀ ਬੀਜੇਪੀ ਸਰਕਾਰ ਦਾ ਵਾਲਾ ਬੰਦਾ ਖੜ ਨਹੀਂ ਸਕਦਾ ਆਪਣੇ ਕਿਸਾਨਾਂ ਨੂੰ ਕਿਸਾਨ ਆਪਣਾ ਪੇਟ ਭਰਦੇ ਨੇ ਉਹਨਾਂ ਤੇ ਡਾਂਗਾ ਚਲਾਈ ਜਾ ਰਹੀਆਂ ਸੀ ਦਿੱਲੀ ਸਰਕਾਰ ਵੱਲ ਇੱਕ ਸਟੇਟਮੈਂਟ ਮੀਡੀਆ ਜੀ ਨੇ ਕੱਢਤੀ ਉਹ ਕਿਸੇ ਅਖਬਾਰ 'ਚ ਤੁਸੀਂ ਮੈਨੂੰ ਦਿਖਾਓ ਜਾਂ CM ਨੇ ਕੱਢਤੀ ਉਹ ਚਲੋ ਮੀਡੀਆ ਜੀ ਦਾ ਥੱਲੇ ਦੇ ਮਨਿਸਟਰ ਹੈ CM ਨੇ ਹੀ ਬੋਲਿਆ ਇਹ ਜੀ ਪਾਰਟੀ ਕੀ ਕਰੂਗੀ ਜੀ ਅੱਗੇ ਪੰਜਾਬ ਦੇ ਵਿਕਾਸ ਲਈ ਮੈਂ ਦੱਸੋ ਮੈਂ ਇੱਥੇ ਆਈ ਹਾਂ ਕਿਉਂਕਿ ਮੇਰੇ ਫਾਦਰ ਸਾਹਿਬ ਹੈ ਇੱਥੇ ਦੇ ਕਾਂਗਰਸ ਪਾਰਟੀ ਵੱਲੋਂ ਦੇ ਉਮੀਦਵਾਰ ਸਰਦਾਰ ਸੁਖਪਾਲ ਸਿੰਘ ਖਹਿਰਾ ਹੁਣ ਪਹਿਲੀ ਗੱਲ ਉਹਨਾਂ ਨੂੰ ਸੰਗਰੂਰ ਭੇਜਿਆ ਕਿਉਂ ਗਿਆ ਮੈਂ ਦੱਸਦੀ ਹਾਂ ਸੰਗਰੂਰ ਜੀ ਇੱਕ ਇਨਕਲਾਬੀ ਸੀਟ ਹੈ ਠੀਕ ਹੈ ਨਾ ਤੁਸੀਂ ਸਾਰੇ ਜਾਣਦੇ ਹੋ ਵੋਟਰ ਟ੍ਰੈਂਡ ਕੀ ਰਿਹਾ ਸੰਗਰੂਰ ਦਾ ਜਿੱਧਰ ਨੂੰ ਸੰਗਰੂਰ ਦੇ ਲੋਕ ਵੋਟ ਪਾਉਂਦੇ ਨੇ ਨਾ ਜਿਹੜੀ ਪਾਰਟੀ ਦਾ ਸਾਥ ਦਿੰਦੇ ਉੱਧਰ ਨੂੰ ਫਿਰ ਪੰਜਾਬ ਦੀ ਲਹਿਰ ਤੁਰਨ ਲੱਗ ਜਾਂਦੀ ਇਹ ਤਾਂ ਮੰਨੀ ਹੋਈ ਗੱਲ ਹੈ ਹੁਣ ਪੰਜਾਬ ਕਿ ਜਿੱਧਰ ਸੰਗਰੂਰ ਨੇ ਵੋਟ ਪਾਤਾ ਪੰਜਾਬ ਨੇ ਉਹਨਾਂ ਲੋਕਾਂ ਨੂੰ ਅੱਗੇ ਜਿਤਾਉਣਾ ਸ਼ੁਰੂ ਕਰ ਲਿਆ ਬਟ ਪਹਿਲੇ ਬਦਲਾਵ ਦੀ ਲਹਿਰ ਚੱਲਦੀ ਸੰਗਰੂਰ ਤੋਂ ਮੇਰੇ ਫਾਦਰ ਸਾਹਿਬ ਨੂੰ ਜੀ ਤਾਂ ਇੱਥੇ ਭੇਜਿਆ ਗਿਆ ਉਹ ਬੇਦਾਗ ਨੇ ਜੀ ਬੁਲੰਦ ਆਵਾਜ਼ ਹੈ 2.5 ਸਾਲਾਂ ਚ ਸਾਡੇ ਘਰੇ ਇੱਕ ED ਦੀ ਰੇਡ ਪਈ ਹੈ ਬੀਜੇਪੀ ਕਰਕੇ ਕਿਉਂਕਿ ਅਸੀਂ ਕਿਸਾਨਾਂ ਦਾ ਸਾਥ ਦੇ ਰਹੇ ਸੀਗੇ ਸਾਨੂੰ ਇੱਕ ਵਾਰੀ ਦਬਾਉਣ ਲਈ ਕਿ ਨਾ ਦਿੱਲੀ ਨਾਲ ਨਾ ਪੰਗੇ ਲਓ ਤਾਂ ਸਾਡੇ ਘਰੇ ED ਰੇਡ ਭੇਜੀ ਗਈ 2 ਵਾਰੀ ਵੀ ਮੇਰੇ ਫਾਦਰ ਸਾਹਿਬ ਨੇ ਜੇਲਾਂ ਕੱਟੀਆਂ ਭਗਵੰਤ ਮਾਨ ਜੀ ਦੀ ਨਫ਼ਰਤ ਦੀ ਰਾਜਨੀਤੀ ਕਰਕੇ ਮਤਲਬ ਕੁਛ ਤਾਂ ਅਸੀਂ ਸਿੱਖਾਂ ਲਈ ਪੰਜਾਬੀਆਂ ਲਈ ਆਪਣੀ ਕੌਮ ਲਈ ਕਰ ਰਹੇ ਹੋਵਾਂਗੇ ਤਾਂ ਹੀ ਸਾਨੂੰ ਦਬਾਉਣ ਦੀ ਜੀ ਇੰਨੀ ਕੋਸ਼ਿਸ਼ ਕੀਤੀ ਗਈ ਹੈ 2.5 ਸਾਲਾਂ ਹੁਣ ਉਹਨਾਂ ਨੂੰ ਇੱਥੇ ਭੇਜਣ ਦਾ ਮਕਸਦ ਕੀ ਹੈ ਪੰਜਾਬ ਲਈ ਉਹ ਇਕੱਲੇ ਉਹ ਕੋਈ ਭੈਣ ਪੰਜਾਬ ਲੀਡਰ ਹੈ ਪੰਜਾਬ ਦੇ ਚਾਹੇ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੇ ਜੋ ਨੌਜਵਾਨਾਂ ਦੀ ਗੱਲ ਸੀ ਜਦ NSA ਲੱਗ ਰਹੀ ਸੀ ਬਾਹਰ ਭੇਜਿਆ ਜਾ ਰਿਹਾ ਸੀ ਇਕੱਲੇ ਪਾਪਾ ਸੀ ਜੋ ਬੋਲ ਰਹੇ ਸੀਗੇ ਜਿੱਥੇ ਕੋਈ ਹੋਰ ਲੀਡਰ ਨਹੀਂ ਖੜਦਾ ਸੁਖਪਾਲ ਸਿੰਘ ਖਹਿਰਾ ਜਾ ਕੇ ਖੜਦੇ ਚੱਲ ਮੈਂ ਦੱਸਿਆ ਸੀ ਨੌਜਵਾਨਾਂ ਦੀ ਮੌਤ ਹੋਈ ਹੈ ਜੋ 21 ਸ਼ਰਾਬ ਪੀ ਕੇ ਤੁਹਾਡੇ ਤਾਂ ਨਾ CM ਇੱਥੇ ਪਹੁੰਚੇ ਨਾ ਭਗਵਾਨ ਨਾ ਮੀਥੇਰ ਜੀ ਨਾ ਹੀ ਉਹਨਾਂ ਨੇ ਸਟੇਟਮੈਂਟ ਕੱਢੀ ਜਿਵੇਂ ਮੈਂ ਦੱਸਿਆ ਬਟ ਪਾਪਾ ਨੂੰ ਅਜੇ ਪਤਾ ਵੀ ਨਹੀਂ ਸੀਗਾ ਕਿ ਇੱਥੋਂ ਲੜਨਾ ਆਇਆ ਟਿਕਟ ਆਣੀ ਉਹ ਫੇਰ ਵੀ ਸਾਰੇ ਦੇ ਪਰਿਵਾਰਾਂ ਨੂੰ ਇੱਥੇ ਆ ਕੇ ਮਿਲ ਕੇ ਗਏ ਉਹ ਵੋਟਾਂ ਲਈ ਨਹੀਂ ਜੀ ਥਾਂ ਥਾਂ ਜਾਂਦੇ ਪੰਜਾਬ ਚੋਂ ਪੰਜਾਬ ਤੋਂ ਬਾਹਰ ਵੀ ਪੰਜਾਬੀਆਂ ਲਈ ਲੜਾਈ ਲੜਦੇ ਆ ਰੁਦਰਪੁਰ ਚ ਜੋ ਆਪਣੇ ਨੌਜਵਾਨ ਸੀਗੇ ਨਵਰੀਤ ਸਿੰਘ ਟਿੱਪੇਵਾ ਪੰਜਾਬੀਆਂ ਦੀ ਲੜਾਈ ਲੜਦੇ ਮੇਰੇ ਪਾਪਾ ਏਦਾਂ ਕੋਈ ਸ਼ਹਿਰ ਵੋਟਿੰਗ ਨਹੀਂ ਤਾਂ ਕਰਕੇ ਵੀ ਉਹਨਾਂ ਨੂੰ ਸੰਗਰੂਰ ਭੇਜਿਆ ਗਿਆ ਜੀ ਕਿਉਂਕਿ ਤੁਸੀਂ ਇੱਕ ਬੁਲੰਦ ਆਵਾਜ਼ ਨੂੰ ਉੱਤੇ ਭੇਜਣਾ ਜੀ ਤੇ ਪਾਪਾ ਚ ਇੰਨੀ ਸ਼ਮਤਾ ਹੈ ਕਿ ਉਹ ਮੋਦੀ ਨੂੰ ਹਿਲਾ ਸਕਦੇ ਆ ਪਿੱਛੇ ਇਹ ਵੀ ਤੁਸੀਂ ਦੇਖਿਆ ਹੋਗਾ PM ਮੋਦੀ ਦਾ ਹੁਣ ਸਾਰੇ ਅਖਬਾਰਾਂ ਚ ਪੜ੍ਹ ਹੀ ਰਹੇ ਹੋਗੇ ਉਹਨਾਂ ਨੇ ਪਾਪਾ ਦਾ ਨਾਮ ਯੂਜ ਕੀਤਾ ਕਿ ਇਹਦਾ ਹੀ ਪੰਜਾਬ ਦੇ ਜੋ ਲੋਕਾਂ ਬਾਰੇ ਕਹਿੰਦਾ ਕਿ ਬਾਹਰਲੇ ਲੋਕ ਇੱਥੇ ਆ ਕੇ ਨਹੀਂ ਰਹਿ ਸਕਦੇ ਪਰ ਤੁਸੀਂ ਮੈਨੂੰ ਦੱਸੋ ਆਪਾਂ ਕਿਸੇ ਹਿਮਾਚਲ ਜਾਂ ਗੁਜਰਾਤ ਚ ਲੋ ਹੈ ਜੇ ਆਪਾਂ ਉੱਥੇ ਰਹਿੰਦੇ ਨਹੀਂ ਹੈ ਜੇ ਆਪਾਂ 10 ਸਾਲ ਤੋਂ ਉੱਥੇ ਦੇ ਵਾਸੀ ਨਹੀਂ ਹੈ ਆਪਾਂ ਉੱਥੇ ਦੀ ਜਾ ਕੇ ਵੋਟਰ ID ਨਹੀਂ ਲੈ ਸਕਦੇ ਨਾ ਹੀ ਆਪਾਂ ਉੱਥੇ ਦੀ ਜ਼ਮੀਨ ਲੈ ਸਕਦੇ
ਲਫਾਫਾ ਦੀ ਗੱਲ ਕਿੱਥੋਂ ਮਾੜੀ ਹੋ ਗਈ ਜੀ? ਆਪਾਂ ਕਹੀਏ ਕਿ ਬਾਹਰਲੇ ਇੱਥੇ ਆ ਕੇ ਕਿਉਂ ਜ਼ਮੀਨ ਲੈ ਰਹੇ? ਆਪਣੇ ਤਾਂ ਬੱਚਿਆਂ ਨੂੰ ਇੱਥੇ ਜ਼ਮੀਨ ਲੈਣ ਦਾ ਮੌਕਾ ਨਹੀਂ ਮਿਲਦਾ, ਆਪਣੇ ਤਾਂ ਮੈਂ ਇੰਨੇ ਲੋਕਾਂ ਨੂੰ ਜਾਣਦੀ ਹਾਂ ਵੋਟਰ ਆਈ ਡੀ ਨਹੀਂ ਮਿਲਦੀ, ਤਾਂ ਬਾਹਰ ਲਿਆ ਕੇ ਇੱਥੇ ਵੋਟਰ ਆਈ ਡੀ ਕਿਉਂ ਬਣਵਾ ਰਹੇ? ਗੱਲ ਤਾਂ ਪੰਜਾਬੀਆਂ ਦੇ ਹੱਕ ਦੀ ਹੈ। ਇਹਦੇ 'ਚ ਵੀ ਭਗਵੰਤ ਮਾਨ ਤੇ ਬੀਜੇਪੀ ਗਲਤ ਝੂਠੇ ਗੱਲਾਂ ਬਣਾ ਕੇ ਫੈਲਾ ਰਹੀ ਹੈ ਤੇ ਨਫ਼ਰਤ ਪੈਦਾ ਕਰ ਰਹੀ ਹੈ ਕਿ ਇਹ ਤਾਂ ਬਾਹਰਲਿਆਂ ਦੇ ਖਿਲਾਫ਼ ਹੈ। ਕੋਈ ਬਾਹਰਲਿਆਂ ਦੇ ਖਿਲਾਫ਼ ਨਹੀਂ ਹੈ, ਬਟ ਇੱਥੇ ਰਹੋ ਗੱਲਾਂ ਦੱਸ ਸਾ, ਫਿਰ ਤੁਸੀਂ ਕੁਛ ਮੰਗ ਸਕਦੇ ਹੋ ਕਿ ਆਪਣਾ ਇਹ ਕਾਨੂੰਨ ਬਣਨਾ ਚਾਹੀਦਾ। ਗੁਜਰਾਤ 'ਚ ਹੈ, ਪੀਐਮ ਜੀ ਪਤਾ ਨਹੀਂ ਕਿੰਨਾ ਬੋਲਦੇ, ਜਦਕਿ ਗੁਜਰਾਤ 'ਚ ਵੀ ਕਾਨੂੰਨ ਲਾਗੂ ਹੈ ਕਿ ਕੋਈ ਬਾਹਰਲਾ 10 ਸਾਲ ਬਿਨਾਂ ਰਹੇ ਸਾਡੇ ਇੱਥੇ ਨਾ ਹੀ ਜ਼ਮੀਨ ਖਰੀਦ ਸਕਦਾ, ਨਾ ਹੀ ਇੱਥੇ ਵੋਟਰ ਆਈ ਡੀ ਮੰਗ ਸਕਦਾ। ਨਾਲੇ ਜੀ ਮੈਂ ਬੜਾ ਮਾਣ ਮਹਿਸੂਸ ਕਰਦੀ ਹਾਂ ਇਹ ਦੱਸਦੇ ਹੋਏ ਕਿ ਮੈਂ ਵੀ ਜੀ ਸੰਗਰੂਰ ਦੀ ਧੀ ਹਾਂ। ਮੇਰੇ ਫਾਦਰ ਸਾਹਿਬ ਸਾਰੀ ਆਪਣੀ ਜ਼ਿੰਦਗੀ ਸੰਗਰੂਰ ਸ਼ਹਿਰ 'ਚ ਕੱਟੀ ਆ, ਅਸੀਂ ਲਾਲ ਕੋਠੀ ਵਾਲੇ, ਮਹਿਲਾ ਰੋਡ ਤੇ ਵੀ ਸਾਡਾ ਘਰ ਹੁੰਦਾ ਸੀ, ਮੇਰਾ ਬਚਪਨ ਜੀ ਸੰਗਰੂਰ ਨਿਕਲਿਆ। ਨਾਲੇ ਮੇਰਾ ਜੀ ਇੱਥੇ ਬਰਨਾਲਾ ਦੇ ਆਪਣੇ ਡਿਸਟ੍ਰਿਕਟ 'ਚ ਬੀਲਾ ਪਿੰਡ ਪੈਂਦਾ ਜੀ, ਮੇਰਾ ਪਿਛੋਕੜ ਬੀਲੇ ਪਿੰਡ ਦਾ। ਅਸੀਂ ਰੰਧਾਵਾ ਬਾਬਾ ਬੁੱਢਾ ਜੀ ਦੇ ਕਲੈਨ 'ਚੋਂ ਆਉਂਦੇ ਹਾਂ, ਰੰਧਾਵਾ ਹੈ, ਅਸੀਂ ਉੱਥੋਂ ਅਸੀਂ ਸ਼ਿਫਟ ਹੋਏ ਸੀਗੇ ਸੰਗਰੂਰ ਸਿਟੀ। ਤਾਂ ਮੇਰੀ ਤਾਂ ਜੀ ਇੱਥੇ ਸਾਂਝ ਹੈ, ਮੇਰੇ ਫਾਦਰ ਸਾਹਿਬ ਇੱਥੇ ਲੋਕਾਂ ਨੂੰ ਮਿਲਦੇ ਆ, ਮੂੰਹ ਦਿਖਾਉਂਦੇ ਆ। ਤਾਂ ਇਹ ਵੀ ਮੈਨੂੰ ਪਿੱਛੇ ਦੇ ਬੜੀ ਸੋਹਣੀ ਗੱਲ ਕਿਸੇ ਨੇ ਕਹੀ ਸੀ ਕਿ ਸਾਡੇ ਤਾਂ ਜੀ ਇੱਥੇ ਨਾ ਕੁੜੀਆਂ ਨਾਲੋਂ ਜ਼ਿਆਦਾ ਮਾਣ ਜਵਾਈਆਂ ਦਾ ਕਰਿਆ ਜਾਂਦਾ। ਮੈਂ ਤਾਂ ਖਹਿਰਾ ਸਾਹਿਬ ਬਾਹਰ ਮੇਰੇ ਕਿੱਥੋਂ ਹੋਏ, ਤੁਸੀਂ ਮੈਨੂੰ ਦੂਜੀ ਵੀ ਗੱਲ ਦੱਸ ਦਿਓ। ਤਾਂ ਬੇਨਤੀ ਇਹੀ ਹੈ ਕਿ ਸਮਾਂ ਬਹੁਤ ਘੱਟ ਰਹਿ ਗਿਆ, ਮੈਂ ਚਾਹੂੰਗੀ, ਗਰਮੀ ਵੀ ਬਹੁਤ ਹੈ, ਤੁਸੀਂ ਜਿੰਨੇ ਵੀ ਆਏ ਪਹਿਲਾਂ ਤਾਂ ਜੀ ਸਿਰ ਮੱਥੇ ਕਿ ਤੁਸੀਂ ਆ ਕੇ ਬੈਠੇ ਮੇਰੀ ਗੱਲਾਂ ਸੁਣੀਆਂ, ਪਰ ਜੀ ਵੱਧ ਤੋਂ ਵੱਧ 2-3 ਦਿਨ ਰਹਿ ਗਏ ਪ੍ਰਚਾਰ ਕਰਿਓ, ਲੋਕਾਂ ਨੂੰ ਸਮਝਾਇਓ ਕਿ ਉਹ ਆਮ ਆਦਮੀ ਪਾਰਟੀ, ਅਕਾਲੀ ਦਲ ਤਾਂ ਪਹਿਲਾਂ ਹੀ 2022 ਸਾਰਿਆਂ ਨੇ ਦਿਖਾਤਾ ਸੀ ਅਸੀਂ ਕਿੰਨੇ ਨਾ ਖੁਸ਼ ਹਾਂ ਉਹਨਾਂ ਤੋਂ, ਕਿਉਂ ਇਹ ਪਾਰਟੀਆਂ ਤੋਂ ਉੱਤੇ ਪਾਪਾ ਦੇ ਨਾਮ ਤੇ ਵੋਟ ਪਏ, ਤੇ ਕਿਉਂ ਕਾਂਗਰਸ ਦਾ ਭਵਿੱਖ ਜ਼ਰੂਰੀ ਹੈ, ਨੈਸ਼ਨਲ ਸਰਕਾਰ ਲਈ ਵੀ ਬੀਜੇਪੀ ਨੂੰ ਵੀ ਹਟਾਉਣਾ ਜ਼ਰੂਰੀ ਹੈ। ਬਸ ਪ੍ਰਚਾਰ ਕਰਿਓ, ਲੋਕਾਂ ਨੂੰ ਵੱਧ ਤੋਂ ਵੱਧ ਸਮਝਾਇਓ, ਮੇਰੀ ਬੇਨਤੀ ਹੈ।